ਭਾਜੀ ਅੰਮ੍ਰਿਤਪਾਲ ਸਿੰਘ ਇਸ ਵੇਲੇ ਸਾਰਿਆਂ ਦਾ ਆਪਾਂ ਕਹਿ ਸਕਦੇ ਹਾਂ ਕਿ ਕੇਂਦਰ ਬਿੰਦੂ ਬਣਿਆ ਹੋਇਆ। ਬਹੁਤ ਸਾਰੇ ਲੋਕ, ਬਹੁਤ ਸਾਰੇ ਨੌਜਵਾਨ ਉਹਨਾਂ ਦੇ ਹੱਕ ਦੇ ਵਿੱਚ ਨੇ, ਉੱਥੇ ਉਹਨਾਂ ਦੇ ਵਿਰੋਧ ਦੇ ਵਿੱਚ ਵੀ ਬਿਆਨ ਦਿੱਤੇ ਜਾ ਰਹੇ ਨੇ। ਉੱਤੋਂ ਪੰਗਾ ਜਿਹੜਾ ਹੈ ਉਹ ਪਾਸਟਰਾਂ ਦੇ ਨਾਲ ਵੀ ਪਿਆ ਹੋਇਆ, ਉਹਨਾਂ ਦਾ ਇੱਕ ਬਿਆਨ ਆਇਆ ਸੀ। ਸੋ ਉਸ ਤੋਂ ਬਾਅਦ ਕਾਫੀ ਇਹ ਵਿਵਾਦ ਜਿਹੜਾ ਵਧਿਆ ਹੋਇਆ ਤੇ ਇਹਦੇ ਉੱਤੇ ਵੀ ਚਰਚਾਵਾਂ ਕਾਫੀ ਚੱਲ ਰਹੀਆਂ। ਸੋ ਕਿਵੇਂ ਦੇਖਦੇ ਹੋ ਇਸ ਵੇਲੇ ਦੀਆਂ ਪੰਜਾਬ ਦੀਆਂ ਗਤੀਵਿਧੀਆਂ? ਹਾਂਜੀ ਹਾਂਜੀ, ਦੇਖੋ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਦੀਆਂ ਜਿਹੜੀਆਂ ਹੁਣ ਤੱਕ ਦੀਆਂ ਸਰਗਰਮੀਆਂ ਹੈ ਉਹ ਇੱਕ ਪੰਥਕ ਜਜ਼ਬੇ ਨਾਲ ਅੱਗੇ ਵੱਧ ਰਹੇ ਆ। ਨੌਜਵਾਨਾਂ ਦੇ ਮਨਾਂ ਵਿੱਚ ਉਹਨਾਂ ਨੇ ਥਾਂ ਬਣਾਈ ਆ। ਸੋ ਜਿਹੜਾ ਇੱਕ ਗੈਪ ਪੈ ਗਿਆ ਸੀ 20 ਸਾਲਾਂ ਤੋਂ, ਤੇ ਜਿਹੜਾ ਆਪਾਂ ਨੂੰ ਇਹ ਉਮੀਦਾਂ ਸੀਗੀਆਂ ਵੀ ਜਿਹੜੀ ਖਾੜਕੂ ਲਹਿਰ ਦੇ ਨਾਲ ਜੁੜੇ ਹੋਏ ਜਿਹੜੇ ਨੌਜਵਾਨ ਜੇਲ੍ਹਾਂ ਚੋਂ ਲੰਬੀਆਂ ਜੇਲ੍ਹਾਂ ਕੱਟ ਕੇ ਆਏ ਆ, ਹੁਣ ਉਹ ਬਜ਼ੁਰਗ ਹੋ ਗਏ ਨੇ, ਵੀ ਆਪਾਂ ਕਈ ਵਾਰ ਉਹਨਾਂ ਤੋਂ ਅਗਵਾਈ ਭਾਲਦੇ ਸੀ, ਉਹ ਹੁਣ ਉਹਨਾਂ ਦੀਆਂ ਆਪਣੀਆਂ ਪਰਿਵਾਰਕ ਮਜਬੂਰੀਆਂ ਨੇ, ਜੇਲ੍ਹਾਂ ਦੇ ਜੀਵਨ ਨੇ ਉਹਨਾਂ ਨੂੰ ਇੰਨਾ ਤੋੜ ਦਿੱਤਾ ਹੋਇਆ ਵੀ ਹੁਣ ਉਹ ਕੋਈ ਵੱਡੀ ਅਗਵਾਈ ਦੇਣ ਦੇ ਹਾਲਾਤ ਵਿੱਚ ਹੈ ਨਹੀਂ ਨਾ। ਉਸ ਤੋਂ ਬਾਅਦ ਦੂਜਾ ਹੈਗਾ ਵੀ ਜਿਹੜਾ ਨੌਜਵਾਨੀ ਦਾ ਗੈਪ ਪੈ ਚੁੱਕਿਆ, ਸੋਚ ਤੇ ਸਮਝ ਦਾ ਜਿਹੜਾ ਗੈਪ ਆ ਉਹ 1.5 ਪੀੜ੍ਹੀ ਦਾ ਜਿਹੜਾ ਗੈਪ ਪੈ ਚੁੱਕਿਆ। ਸੋ ਉਸ ਗੈਪ ਚੋਂ ਜਿਹੜੇ ਨੌਜਵਾਨ ਨੇ ਉਹ ਇਸ ਕਿਸਮ ਦੇ ਜਿਹੜੇ ਨਵੀਂ ਉਮਰ ਦੇ ਨੌਜਵਾਨ ਆ ਉਹਨਾਂ ਨੂੰ ਹੀ ਪ੍ਰਵਾਨ ਕਰਦੇ ਆ, ਲੀਡਰ ਦੇ ਤੌਰ ਤੇ, ਲੀਡਰ ਦੇ ਤੌਰ ਤੇ ਵੀ ਤੇ ਮਾਡਲ ਦੇ ਤੌਰ ਤੇ ਵੀ, ਜਿਸ ਤਰ੍ਹਾਂ ਦਲੀਪ ਸਿੱਧੂ ਪ੍ਰਵਾਨ ਹੋਇਆ ਨਾ, ਹਾਲਾਂਕਿ ਉਹ ਕੇਸਾ ਧਾਰੀ ਵੀ ਨਹੀਂ ਸੀ, ਉਹ ਕਿੰਨਾ ਪ੍ਰਵਾਨ ਹੋਇਆ ਸਿੱਖ ਸੰਗਤਾਂ ਦੇ, ਸਿੱਖ ਨੌਜਵਾਨਾਂ ਵਿੱਚ, ਉਹਨੇ ਕਿਸਾਨ ਮੋਰਚੇ ਤੋਂ ਬਾਅਦ ਸਿੱਖ ਰਾਜਨੀਤੀ ਦੀ ਦਿਸ਼ਾ ਹੀ ਬਦਲ ਕੇ ਰੱਖ ਦਿੱਤੀ ਜੀ ਹਨਾ। ਕਿਸਾਨ ਮੋਰਚੇ ਤੋਂ ਪਹਿਲਾਂ ਸਿੱਖ ਰਾਜਨੀਤੀ ਹੋਰ ਕਿਸਮ ਦੀ ਸੀ, ਕਿਸਾਨ ਮੋਰਚੇ ਦੇ ਦੌਰਾਨ ਹੀ ਉਸਨੇ ਇਸ ਤਰ੍ਹਾਂ ਦੀ ਵਿਚਾਰਾਂ ਦੀ ਆਪਾਂ ਕਹਿ ਸਕਦੇ ਹਾਂ ਵੀ ਜਿਹੜੀ ਰੋਸ਼ਨੀ ਜਗਾਈ, ਇਸ ਤਰ੍ਹਾਂ ਦਾ ਦੀਪ ਜਗਾਇਆ ਕਿ ਸਿੱਖ ਨੌਜਵਾਨਾਂ ਦੇ ਦਿਲੋ ਦਿਮਾਗ ਦਾ ਜਿਹੜਾ ਇੱਕ ਤਰ੍ਹਾਂ ਨਾਲ ਪੂਰਾ ਕਾਇਆ ਕਲਪ ਹੋ ਗਿਆ, ਉਹ ਵੱਖਰੀ ਕਿਸਮ ਨਾਲ ਸੋਚਣ ਲੱਗ ਗਏ। ਇਹ ਦੀਪ ਸਿੱਧੂ ਦੀ ਪ੍ਰਾਪਤੀ ਸੀ ਹਨਾ। ਸੋ ਹੁਣ ਉਹਨਾਂ ਦੀ ਮੌਤ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਨੇ ਜਿੰਨਾ ਕੁ ਹੈ ਵੀ ਵਧੀਆ ਢੰਗ ਨਾਲ ਹੁਣ ਤੱਕ ਸਥਿਤੀ ਨੂੰ ਟੈਕਲ ਕੀਤਾ ਹੈ, ਔਰ ਉਹ ਵਧੀਆ ਢੰਗ ਨਾਲ ਅੱਗੇ ਵੱਧ ਰਹੇ ਨੇ। ਖਾਲਸਾ ਪੰਥ ਨੂੰ, ਜਿਹੜੀ ਇੱਕ ਸੁੱਤੀ ਹੋਈ ਕੌਮ ਸੀ, ਉਹਦੇ ਜਜ਼ਬਿਆਂ ਨੂੰ ਜਗਾਉਣ ਲਈ ਜਿਸ ਕਿਸਮ ਦੀਆਂ ਸਰਗਰਮੀਆਂ ਔਰ ਜਿਸ ਕਿਸਮ ਦੇ ਬਿਆਨਾਂ ਦੀ ਲੋੜ ਸੀ ਉਹ ਕਰ ਰਹੇ ਨੇ। ਦੂਜਾ ਜਿਹੜਾ ਪਾਸਟਰਾਂ ਦੇ ਖਿਲਾਫ ਜਿਹੜਾ ਪਾਸਟਰ ਰੌਲਾ ਪਾ ਰਹੇ ਆ ਵੀ ਸਾਡੇ ਖਿਲਾਫ ਇਹ ਕਰ ਰਿਹਾ, ਦੇਖੋ ਪਾਸਟਰ ਆ ਜਿਹੜੇ ਉਹ ਕ੍ਰਿਸਚੈਨਿਟੀ ਨੂੰ ਰਿਪ੍ਰੈਜੈਂਟ ਨਹੀਂ ਕਰਦੇ। ਅੱਛਾ ਜੀ, ਜਿਹੜੇ ਉਹ ਅਸਲੀ ਕ੍ਰਿਸਚੈਨਿਟੀ ਨੂੰ ਰਿਪ੍ਰੈਜੈਂਟ ਨਹੀਂ ਕਰਦੇ, ਉਹ ਦੁਕਾਨਦਾਰੀ ਚਲਾ ਰਹੇ ਆ। ਜਿਸ ਤਰ੍ਹਾਂ ਸਿਰਸੇ ਵਾਲਾ ਡੇਰਾ ਹਿੰਦੂਆਂ ਤੇ ਸਿੱਖਾਂ ਦੇ ਦੋਹਾਂ ਦੇ ਗ੍ਰੰਥਾਂ ਦੇ ਉਪਦੇਸ਼ ਜੇ ਦੇ ਦੂ ਕੇ ਆਪਣੀ ਦੁਕਾਨਦਾਰੀ ਚਲਾ ਰਿਹਾ। ਪਾਸਟਰਾਂ ਦਾ ਸਿਰਫ ਰੋਟੀ ਪਾਣੀ ਦੇ ਮਸਲੇ ਆ, ਪਾਸਟਰ ਕੋਈ ਅਸਲ ਵਿੱਚ ਕ੍ਰਿਸਚਨ ਨਹੀਂ ਹੈਗੇ। ਅੱਛਾ, ਠੀਕ ਹੈ। ਉਹਨਾਂ ਨੇ ਆਪਣੀ ਦੁਕਾਨਦਾਰੀ ਚਲਾ ਰੱਖੀ ਆ, ਵੀ ਹੋਰ ਕੋਈ ਕੰਮ ਧੰਦਾ ਨਹੀਂ ਲੱਭਿਆ, ਵੀ ਹੋਰ ਕੋਈ ਡੇਰਾ ਨਹੀਂ ਖੁੱਲਿਆ, ਉਸ ਕ੍ਰਿਸਚੈਨਿਟੀ ਦੇ ਨਾਂ ਤੇ ਉਹ ਪ੍ਰਚਾਰ ਕਰਨ ਦੇ ਨਾਂ ਤੇ, ਨਾ ਉਹ ਕ੍ਰਿਸਚਨ ਨੇ, ਹਿੰਦੂ ਪਰਿਵਾਰਾਂ ਚੋਂ ਆਏ ਨੇ ਜਾਂ ਕੁਝ ਸਿੱਖ ਪਰਿਵਾਰਾਂ ਚੋਂ ਆਏ ਨੇ, ਤੇ ਉਹ ਹਿੰਦੂ ਤੇ ਸਿੱਖ ਜਿਹੜੇ ਗਰੀਬ ਪਰਿਵਾਰ ਹੈ ਉਹਨਾਂ ਦੀਆਂ ਜਿਹੜੀਆਂ ਆਰਥਿਕ ਮਜਬੂਰੀਆਂ ਉਹਨਾਂ ਦਾ ਫਾਇਦਾ ਉਠਾ ਕੇ ਉਹਨਾਂ ਨੂੰ ਇਹ ਝਾਂਸਾ ਦੇ ਕੇ ਵੀ ਤੁਹਾਡੀ ਆਰਥਿਕਤਾ ਠੀਕ ਹੋ ਜਾਏਗੀ, ਤੁਹਾਡੇ ਪਰਿਵਾਰ ਦਾ ਜਿਹੜਾ ਸਿਸਟਮ ਆ ਆਰਥਿਕ ਤੌਰ ਤੇ ਤੁਹਾਨੂੰ ਨੌਕਰੀਆਂ ਮਿਲ ਜਾਣਗੀਆਂ। ਸੋ ਇਸ ਤਰ੍ਹਾਂ ਦੇ ਉਹ ਇੱਕ ਤਰ੍ਹਾਂ ਨਾਲ ਝਲਾਵੇ ਦਿਖਾ ਕੇ, ਭੁਲਾਵੇ ਦਿਖਾ ਕੇ ਉਹਨਾਂ ਲੋਕਾਂ ਨੂੰ ਆਪਣੇ ਮਗਰ ਲਾ ਰਹੇ ਆ, ਇਹ ਬਲੈਕਮੇਲਿੰਗ ਕਰ ਰਹੇ ਆ। ਸੋ ਜਿਹੜੇ ਅਸਲ ਕ੍ਰਿਸਚੀਅਨ ਆ ਉਹ ਤੁਸੀਂ ਦੇਖੋ ਪਿਛਲੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਦੁਬਾਰਾ ਮਿਲਿਆ ਦੀਵਾਲੀ ਦੇ ਮੌਕੇ ਤੇ, ਜਿਹੜੇ ਕ੍ਰਿਸਚੀਅਨ ਰਿਪ੍ਰੈਜੈਂਟੇਟਿਵਸ ਆ ਉਹਨਾਂ ਨਾਲ ਬਹੁਤ ਸਿਰਦਾਪੂਰਨ ਢੰਗ ਨਾਲ ਜਥੇਦਾਰ ਸਾਹਿਬ ਨੇ ਵੀ ਗੱਲ ਕਰੀ ਆ, ਔਰ ਉਹਨਾਂ ਨੇ ਵੀ ਬੜੀ ਜ਼ਿੰਮੇਵਾਰੀ ਨਾਲ ਸਾਰੀਆਂ ਕਾਰਵਾਈਆਂ ਕੀਤੀਆਂ। ਸੋ ਕ੍ਰਿਸਚੈਨਿਟੀ ਨੂੰ ਜਿਹੜੇ ਰਿਪ੍ਰੈਜੈਂਟ ਕਰਦੇ ਆ, ਜਿਹੜੇ ਪ੍ਰਤੀਨਿਧਤਾ ਕਰਦੇ ਆ, ਉਹ ਅਸਲ ਕ੍ਰਿਸਚੀਅਨ ਜਿਹੜੇ ਜਿਹੜੇ ਉਹਨਾਂ ਦੇ ਜਿਹੜੇ ਫਾਦਰ ਨੇ ਉਹ ਨੇ। ਇਹ ਪਾਸਟਰ ਆ ਜਿਹੜੇ ਛੋਟੀ ਛੋਟੀਆਂ ਦੁਕਾਨਦਾਰੀਆਂ ਚਲਾ ਰਹੇ ਆ, ਇਹਨਾਂ ਨੇ ਆਪਣੇ ਡੇਰੇ ਖੋਲੇ ਹੋਏ ਨੇ, ਇਹਨਾਂ ਦਾ ਇੱਕੋ ਇੱਕ ਮਕਸਦ ਪੈਸੇ ਕਮਾਉਣਾ ਹੈ। ਅੱਛਾ, ਇਹਨਾਂ ਨੂੰ ਕਿਸੇ ਧਰਮ ਨਾਲ ਕੋਈ ਮਤਲਬ ਨਹੀਂ ਹੈ। ਸੋ ਭਾਈ ਜਿਹੜੇ ਅੰਮ੍ਰਿਤਪਾਲ ਸਿੰਘ ਆ ਉਹ ਇਸ ਡੇਰਾਵਾਦ ਦੇ ਖਿਲਾਫ਼ ਬੋਲ ਰਹੇ ਆ, ਇਹਨਾਂ ਦੁਕਾਨਦਾਰੀਆਂ ਦੇ ਖਿਲਾਫ਼ ਬੋਲ ਰਹੇ ਆ। ਸੋ ਕਿਸੇ ਨੂੰ ਡਰਨ ਦੀ ਲੋੜ ਨਹੀਂ ਵੀ ਬਾਹਰਲੇ ਸਿੱਖਾਂ ਦਾ ਕੋਈ ਨੁਕਸਾਨ ਹੋ ਜਾਏਗਾ, ਇੱਥੇ ਇਸ ਤਰ੍ਹਾਂ ਦਾ ਕੁਛ ਵੀ ਹੋਣ ਦੀ ਲੋੜ ਨਹੀਂ ਹੈ। ਸੋ ਉਹਨਾਂ ਨੂੰ ਆਪਦਾ ਕੰਮ ਆ ਜਿਹੜਾ ਇਸ ਗੜਕੇ ਨਾਲ, ਇਸ ਬੜਕ ਨਾਲ ਕਰਨ ਦੀ ਲੋੜ ਹੈ, ਤਾਂ ਕਿ ਜਿਹੜਾ ਘੱਟੋ ਘੱਟ ਮਾਝੇ ਦੇ ਏਰੀਏ ਵਿੱਚ ਜਿੱਦਾਂ ਗਰੀਬ ਸਿੱਖਾਂ ਨੂੰ ਇੱਕ ਤਰ੍ਹਾਂ ਨਾਲ ਭੁਲੇਖੇ ਦੇ ਕੇ ਉਹਨਾਂ ਨੂੰ ਕ੍ਰਿਸਚੈਨਿਟੀ ਨਾਲ ਜੋੜਿਆ ਜਾ ਰਿਹਾ, ਉਹਨੂੰ ਖਤਮ ਕੀਤਾ ਜਾ ਸਕੇ ਤੇ ਗਰੀਬ ਸਿੱਖ ਨੇ ਦੇ ਦੁਬਾਰੇ ਸਿੱਖੀ ਦੀ ਮੁੱਖ ਧਾਰਾ ਵੀ ਸ਼ਾਮਲ ਹੋ ਸਕਣ। ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ, ਤੁਸੀਂ ਬਹੁਤ ਖੂਬਸੂਰਤ ਵਿਚਾਰ ਤੇ ਬਹੁਤ ਚੰਗੇ ਤਰੀਕੇ ਦੇ ਨਾਲ ਸਾਡੇ ਦਰਸ਼ਕਾਂ ਨੂੰ ਜਿਹੜੀ ਇਹ ਗੱਲਬਾਤ ਸਮਝਾਈ ਹੈ ਜੀ, ਬਹੁਤ ਧੰਨਵਾਦ ਤੁਹਾਡਾ। ਧੰਨਵਾਦ ਜੀ, ਸ਼ੁਕਰੀਆ।